ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਇੱਥੇ ਪਿਓ ਪੁੱਤ ਨੂੰ ਮਿਲੀ ਬਹੁਤ ਦਰਦਨਾਕ ਮੋੜ ਦੇਖਣ ਵਾਲਿਆਂ ਦੇ ਹੋਏ ਰੋਂਗਟੇ ਖੜੇ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦਿਨਾ ਇਸ ਸਮੇਂ ਦੇਸ਼ ਭਾਰਤ ਦਾ ਨਵratri ਅਧਿਆਰ ਮਨਾਇਆ ਜਾ ਰਿਹਾ ਹੈ ਲੋਕ ਮਾਂ ਨਵ ਦੁਰਗਾ ਦੀ ਪੂਜਾ ਕਰਕੇ ਖੁਸ਼ਹਾਲੀ ਲਈ ਪ੍ਰਾਰਥਨਾ ਕਰ ਰਹੇ ਨੇ ਵਾਖਵਾਗ ਧਾਵਾ ਤੇ ਜਾਗਰਨ ਤੇ ਗਰਬਾ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਪਿਛਲੇ ਸ਼ਨੀਵਾਰ 1 ਅਕਤੂਬਰ ਦੀ ਰਾਤ ਨੂੰ ਮਹਾਰਾਸ਼ਟਰ ਦੇ ਪਾਲਕਾਰ ਜ਼ਿਲ੍ਹੇ ਦੇ ਵਿਰਾਰ ਕਸਬੇ ਵਿੱਚ ਇੱਕ ਗਰਬਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਸੀ ਪ੍ਰੋਗਰਾਮ ਵਿੱਚ ਲੋਕ ਖਾਸ ਤੇ ਠੱਠੇ ਨਾਲ ਨੱਚ ਰਹੇ ਸਨ ਅਤੇ ਗਾ ਰਹੇ ਸਨ ਇਸ ਦੌਰਾਨ 35 ਸਾਲਾ ਨੌਜਵਾਨ ਗਰਬਾ ਕਰਦੇ ਸਮੇਂ ਵਿਹੋਸ਼ ਹੋ ਗਿਆ ਜਲਦਬਾਜ਼ੀ ਸੋਚਦੇ ਪਿਤਾ ਉਸ ਨੂੰ ਹਸਤਾ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਪੁੱਤਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਿਤਾ ਦੇ ਸਾਰ ਰੁਕੇ ਸੋਵਾਰ ਨੂੰ ਹੋਈ ਘਟਨਾ ਦੇ ਜਾਣਕਾਰੀ ਦਿੰਦੇ ਹੋਏ ਪਾਲਕਾਰ ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਵਿਰਾਰ ਕਸਬੇ ਦੇ ਗਲੋਬਲ ਸਿਟੀ ਪ੍ਰਿਸਰਜ ਨవరాత్రి ਤੇ ਮਾ ਦੁਰਗਾ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ